ਸਰ ਕੱਲ ਵੀ ਆਏ ਸੀ ਵੀ ਆਏ ਤਰੀਕੇ ਦੇ ਕਵਾਜ ਥੋੜਾ ਪਾ ਵਧ ਗਿਆ ਲਸ ਕੋ ਦੇਗੇ ਐਸ ਪਾ ਦੇਦਾ ਨਾਨਕ ਪੁਆਇੰਟ ਆਫ ਦੇ ਜੀ ਸਾਹਿਬ ਐਸ ਸਾਹਿਬ ਸਦਾ ਆਪਣੇ ਪਾਣੀ ਇੱਥੇ ਸਾਡਾ ਡੋਰ ਦੇ ਲੱਗ ਗਿਆ ਇਹ ਪਾਸਾ ਦੇ ਪਾਸੇ ਤੋਂ ਆਇਆ ਇਹ ਮੁੱਕਲ ਬੰਦ ਕੇ ਥੱਲੇ ਪਾਣੀ ਆ ਕੇ ਅੱਗੇ ਖਿਆਲ ਹੈ 2 ਘੰਟੇ ਤਿੰਨ ਘੰਟੇ ਪਾਣੀ ਜਿੰਨਾ ਹੀ ਚੁੱਕਾ 2 ਘੰਟੇ ਬਾਅਦ ਮੈਂ ਆ ਕੇ ਖੜੂ ਪਰ ਨਹੀਂ ਆ ਤਾਂ ਵਾਤੇ ਪਾਇਆ ਕੋਈ ਸਾਂਸ ਕੋਈ ਜਿਹਾ ਛੁੱਪ ਜਿਹੜਾ ਉਹ ਜਿੱਦ ਸੀਗਾ ਉਹ ਆ ਪਰ ਅਸੀਂ ਹਰ ਦਾ ਸਾਹਮਣਾ ਅਸੀਂ ਕੀਤੇ ਆ ਸਾਡਾ ਸੱਚਾ ਕਦੂ ਬਾਬੇ ਨਾਨਕ ਦਾ ਹੈ ਇਹ ਬਾਬੇ ਨਾਨਕ ਦਾ ਇੱਧਰ ਨਾਨਕ ਦਾ ਸਭ ਦੇ ਨਾਲ ਹੀ ਆਪਾਂ ਕਰਕੇ ਕਿਰਪਾ ਮਾਤਾ ਅਸੀਂ ਇਸ ਨੂੰ ਕਟਣ ਚ ਕੰਮ ਜਾਂਦੇ ਨਹੀਂ ਅਜੇ ਪਤਾ ਪਰ ਮੈਨੂੰ ਲੱਗਦਾ ਕਿ ਜੇ 2 ਘੰਟੇ ਵੀ ਬਤਿਆ ਹੈ ਤਰੀਕੇ ਗੁੰਡੇ ਵਾ ਵੀ ਪਸ਼ਮਾ ਕਾਬ ਹੋ ਗਿਆ ਪਰ ਜਿਹੜਾ ਭਾ ਲਾ ਰਿਹਾ ਲੱਗਦਾ ਕਿ ਪਿੰਡਾਂ ਨੂੰ ਕਿਸਾਨ ਬਾਤ ਹੀ ਪਤਾ ਮੈਨੂੰ ਲੱਗਦਾ ਕਿ ਕੜੀ ਜਗ੍ਹਾ ਇੱਥੇ ਦਾ ਰਿਹਾ ਉੱਥੇ ਨੰਦੇ ਡੰਗਾ ਕੱਲ ਦੇਖਣ ਨੂੰ ਮਿਲੀ ਕਿ ਜਿੱਥੇ ਪਸ਼ੂ ਪੂਰੀ ਚੋਟੀ ਨਾਲ ਲੋਕ ਬਜੋ ਬੜੇ ਵੱਡੇ ਲੋਕ ਪੂਰੇ ਆਪ ਜੀ ਸੱਤੇ ਵਿੱਚ ਕਿਉਂਕਿ ਮਸਾਂ ਦੇ ਹਨ ਕੁਦ ਕਰੋਪੀ ਦੇ ਲਿਆ ਸਾਰਿਆਂ ਦੇ ਨਾਲ ਲੋ ਫੱਦੀ ਬੜੀ ਇਸ ਕੰਮ ਸੇਖ ਦੇ ਸੇਵਾ ਕਰਕੇ ਆਏ ਪੂਰੇ ਪੰਜਾਬ ਆਏ ਕਿ ਇੱਥੇ ਬਹੁਤ ਮੇਰਿਆ ਤੋਂ ਉਹਦਾ ਰੱਬ ਨਾਲ ਆਉਂਦੇ ਤੋਂ ਲੈ ਗਏ ਐਸ ਡੀ ਸੀ ਤੰਤ ਮੁੱਖ ਮੰਤਰੀ ਮਾਨ ਜੀ ਤੇ ਅਸੀਂ ਸਰ ਕੇ ਬਾਬਾ ਮਜਨੂ ਉਸ ਕੱਢ ਲਾਂਗੇ ਕੋਈ ਗੱਲ